ਤੇ ਜਿਹਦੀ ਡਿਊਟੀ ਨਹੀਂ ਉਹ ਬਾਹਰ ਚਲੇ ਜਾਣ। ਬੇਨਤੀ ਹੈ ਉਧਰ ਪ੍ਰਬੰਧਕਾਂ ਵੱਲੋਂ ਸੇਵਾਦਾਰ ਜੋ ਗੁਰੂ ਘਰ ਦੇ, ਹਾਂ ਹਾਂ ਗੇੜਾ ਲੱਗੂ ਤੇ ਲੋਕੀ ਪਿਆਰ ਵੀ ਦੇਖੋ ਤੁਹਾਨੂੰ ਕਿੰਨਾ ਦਿੰਦੇ ਬਾਈ, ਸਾਰਿਆਂ ਨੇ ਪੈਸੇ ਦੇਣੇ ਭਾਵੇਂ 10,000 ਰੁਪਏ ਦਿਓ, ਸਾਰਿਆਂ ਨੇ ਦੇਣੇ ਹੈ ਭਾਵੇਂ 10-10 ਦਿਓ। ਰਵੀ ਘੁੱਗੀ ਤੇ ਬੈਲਜੀਅਮ ਉਹਨਾਂ ਵੱਲੋਂ ਵੱਡੇ ਪਿਆਰ ਹੈ। ਲੈ ਵੀ ਬਾਈ ਅਮਨ, ਲੈ ਵੀ ਬਾਈ ਬੈਲਜੀਅਮ ਵਾਲਾ ਆਪਾਂ ਬਾਈਆਂ ਨੂੰ ਦੇ ਦਈਏ ਨਾ, ਅਲ ਤੁਹਾਡੇ ਲਈ ਹੈ, ਦਿੱਤੇ ਮੈਨੂੰ ਸਨ, ਪਰ ਆਪਾਂ ਖੁਸ਼ੀ ਇੰਨੀ ਬੈਲਜੀਅਮ ਵਾਲੇ ਸਾਡੇ ਯਾਰ ਉੱਧਰ ਕਿਉਂਕਿ ਯੂਰੋ ਚੱਲਦੇ ਹੈ, ਆਹ ਹੋਰ ਲੈ ਲਓ ਤੁਹਾਡੇ ਹੀ ਹੈ, ਬਹੁਤ ਵੱਡਾ ਪਿਆਰ ਜਿਹੜਾ ਹੈ। ਮੈਚ ਕਹਿੰਦੇ ਸੁੰਦਰ ਜਿਹੜਾ ਖੇਡਿਆ ਜਾਣਾ ਹੈ। ਲੱਖਾ ਭਲਵਾਨ ਜੀ ਹੁਣ ਪਤਾ ਲੱਗਣਾ ਦੋਨੇ ਪਾਸੇ ਟੀਮਾਂ ਜਿਹੜੀਆਂ ਤੁਹਾਡੀਆਂ ਹੀ ਹੈ। ਇੱਕ ਵੱਡੀ ਗੱਲ ਹੈ, ਮੈਨੂੰ ਲੱਗਦਾ ਵੀ ਇਸ ਏਰੀਏ ਦੇ ਵਿੱਚ ਘੱਟ ਪਤਾ ਹੋਣਾ, ਹੈਪੀ ਚੋਲਾ ਸਾਹਿਬ ਦੀ ਧਰਤੀ ਦਾ ਕਹਿੰਦੇ ਸਿਰੇ ਦਾ ਜਾਫੀ ਹੈ ਉਹ ਜੱਟ ਨੇ, ਕਹਿੰਦੇ ਪਿਛਲੀ 8 ਜੂਨ ਨੂੰ ਘਰਿਆਲੇ ਦੀ ਧਰਤੀ ਤੋਂ ਮਾਤਾ ਜੀ ਦੇ ਮੰਦਿਰ ਤੋਂ ਕਹਿੰਦੇ ਏਸੀ ਜਿੱਤਿਆ। ਉਹ ਏਸੀ ਕਹਿੰਦੇ ਆਪਣੇ ਉਸਤਾਦ, ਆਪਣੇ ਗੁਰੂ, ਆਪਣੇ ਮੁਰਸ਼ਦ, ਆਪਣੇ ਬਾਪ, ਆਪਣੇ ਰੱਬ ਕਹਿੰਦੇ ਲੱਖੇ ਭਲਵਾਨ ਨੂੰ ਗਿਫਟ ਕਰ ਦਿੱਤਾ। ਦੇਖੋ ਕਿੱਡੀ ਮਾਣ ਵਾਲੀ ਗੱਲ ਹੈ। ਏਸੀ ਸੀ ਵੀ ਕਹਿੰਦੇ 55-60 ਹਜ਼ਾਰ ਦੀ ਕੀਮਤ ਏਸੀ ਸੀਗਾ, ਤੇ ਉਹ ਏਸੀ ਕਹਿੰਦੇ ਹੈਪੀ ਨੇ ਨਾ ਲੱਖੇ ਭਲਵਾਨ ਨੂੰ ਗਿਫਟ ਕੀਤਾ। ਇੱਕ ਵਾਰੀ ਹੈਪੀ ਦੇ ਲਈ ਜ਼ੋਰ ਨਾਲ ਤਾੜੀ ਮਾਰੋ ਮੇਰੇ ਵੀਰ, ਕਿਉਂਕਿ ਸੂਈ ਦੇਣੀ ਔਖੀ ਹੈ, ਸਮਾਂ ਭੁੱਲ ਜਾਂਦਾ ਬੰਦਾ। ਪਰ ਉਹ ਕਹਿੰਦੇ ਜੱਟ ਨੇ ਇੱਧਰ ਕਹਿੰਦੇ ਜਿਨ੍ਹਾਂ ਵੀਰਾਂ ਨੇ ਕੁਸ਼ਤੀ ਕੀਤੀ ਜ਼ਰੂਰ ਤੁਸੀਂ ਮਾਨ ਸਨਮਾਨ ਕਰਨਾ ਇਹਨਾਂ ਦਾ, 5-5, 10-10 ਦੇ ਨਾਲ ਕੋਈ ਫਰਕ ਨਹੀਂ। ਇਹਨਾਂ ਤੋਂ ਨੋਟ ਇੰਨੇ ਦਿਓ ਵੀ ਹੱਥਾਂ ਦੇ ਵਿੱਚੋਂ ਫੜੇ ਨਾ ਜਾਣ ਇਹਨਾਂ ਤੋਂ। ਇਹ ਕਹਿਣ ਵੀ ਅਸੀਂ ਭਾਈ ਅਦਲੀ ਸਾਹਿਬ ਗਏ ਸੀ ਤੇ ਨੋਟਾਂ ਨੇ ਥੱਬਾ ਥੱਬਾ ਦਿੱਤਾ ਨੋਟਾਂ ਦਾ ਲੋਕਾਂ ਨੇ। ਹੁਣ ਮੈਚ ਪੂਰਾ ਸਿਰੇ ਦਾ ਸ਼ੁਰੂ ਹੋਣ ਜਾ ਰਿਹਾ ਹੈ। ਮੈਨੂੰ ਲੱਗਦਾ ਵੀ ਉੱਧਰ ਡੀਪੀ ਸਾਹਿਬ ਵੀ ਆਪਣੀ ਟੀਮ ਪੂਰੀ ਸਿਰੇ ਦੀ ਬਣਾ ਕੇ ਲੈ ਕੇ ਆਏ ਹੈ, ਤੇ ਟੀਮ ਕਹਿੰਦੇ ਚੋਲਾ ਸਾਹਿਬ ਦੀ ਵੀ ਪੂਰੀ ਤਕੜੀ ਟੀਮ ਬਣੀ ਹੈ। ਉੱਧਰ ਸਾਹਿਬ ਸਾਡਾ ਵੀਰ ਵੀ ਪੁੱਜਾ ਹੈ, ਕੁਲਵੰਤ ਸਿੰਘ ਹੋਣੀ ਤੇ ਕਹਿੰਦੇ ਲੱਖੇ ਭਲਵਾਨ ਹੋਣੀ ਜਿਨ੍ਹਾਂ ਨੇ ਆਪ ਕਹਿੰਦੇ ਕਬੱਡੀ ਖੇਡੀ, ਅਤੇ ਚੋਲਾ ਸਾਹਿਬ ਦੀ ਟੀਮ ਦੇ ਮੇਨ ਕੋਚ ਆਖ ਸਕਦੇ ਹੈ, ਦਿਲੋਂ ਧੰਨਵਾਦ ਹੈ। ਉਧਰ ਸਾਹਿਬ ਸਾਡਾ ਵੀਰ ਤੇ ਚੰਬੇ ਵਾਲਾ ਕਹਿੰਦੇ ਪੂਰਾ ਖੁਸ਼ ਹੈ। ਮੈਂ ਵੀ ਰੇਸ਼ਮ ਕੱਲ੍ਹ ਦੇ ਬੜੀਆਂ ਤਕੜੀਆਂ ਕਬੱਡੀਆਂ ਪਈਆਂ ਹੈ, ਪਰ ਜੱਟਾ ਅੱਜ ਪਤਾ ਲੱਗਣਾ ਵੀ ਕੈਮਨ ਝੜਦੀ ਹੈ ਸਾਬਿਆ, ਜਾਂ ਫਿਰ ਤੇਰਾ ਲੌਂਗ ਗਵਾਚੂ ਤੇ ਜਾਂ ਜੁੱਪੜਾ ਢੋਲ ਦਾ ਪਾਟੂ। ਸਵਾਦ ਆਊ ਇੱਕ ਪਾਸਾ ਹੋਊ ਮੇਰੇ ਮਿੱਤਰੋ ਆ ਧਰਤੀ ਤੇ, ਇੱਕ ਪਾਸਾ ਹੋਊਗਾ ਕਿਉਂਕਿ ਚੋਲਾ ਸਾਹਿਬ ਦੀ ਟੀਮ ਜਿਹਨੇ ਕੱਲ ਕਹਿੰਦੇ ਬੜੇ ਤਗੜੇ ਜੱਫੇ ਲਾ ਕੇ ਤਗੜੇ ਧਾਵੇ ਬੋਲ ਕੇ ਜਿੱਤ ਪ੍ਰਾਪਤ ਕੀਤੀ ਹੈ। ਬਹਿ ਜਾਓ ਕਿਰਪਾ ਕਰਕੇ, ਮੈਨੂੰ ਦਿਸਦਾ ਨਹੀਂ, ਬਹਿ ਜਾਓ ਕਿਰਪਾ ਕਰਕੇ, ਆਪਾਂ ਫਿਰ ਲੈਣ ਤੇ ਉੱਠ ਜਾਣਾ ਫਿਰ ਉਹ। ਬਹਿ ਜਾਓ ਕਿਰਪਾ ਕਰਕੇ ਭਾਜੀ, ਬਹਿ ਜਾਓ ਕਿਰਪਾ ਕਰਕੇ ਬਹਿ ਜਾਓ, ਨਾਲੇ ਮੂਹਰਲਾ ਬਾਈ ਸੌਖਾ ਹੋ ਜਾਊ ਤੁਹਾਡੇ ਜਿਹੜਾ ਥੱਲੇ ਬੈਠਾ ਵਿਚਾਰਾ, ਉਹਨੂੰ ਬਾਈ ਨੂੰ ਹਵਾ ਨਹੀਂ ਲੱਗਦੀ। ਬਹਿ ਜਾਓ ਕਿਰਪਾ ਕਰਕੇ, ਕਿਰਪਾ ਕਰਕੇ। ਕਿਰਪਾ ਕਰਕੇ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਬਹਿ ਜਾਓ, ਕਿਉਂਕਿ ਵੱਡਾ ਮੈਚ ਹੈ ਤੇ ਅੱਗ ਨਿਕਲਣੀ ਹੈ। ਇੱਕ ਪਾਸਾ ਹੋ, ਕਿਉਂਕਿ ਉੱਤੋਂ ਸੂਰਜ ਵੀ ਪਤਾ ਨਹੀਂ ਕੀ ਗੱਲ ਹੈ ਜੇ ਟੋਕਰੇ ਜਿੱਡਾ ਸੀਗਾ, ਪਰ ਗਰਾਊਂਡ ਦੇ ਵਿੱਚ ਵੀ ਕਹਿੰਦੇ ਉੱਧਰ ਭੱਠੇ ਵਾਲੇ ਪਾਸੇ ਟੀਮ ਕਹਿੰਦੇ ਤੋਤਾ ਸਿੰਘ ਵਾਲੇ ਦੀ ਹੈ, ਇੱਧਰ ਗੁਰੂ ਘਰ ਵਾਲੇ ਪਾਸੇ ਕਹਿੰਦੇ ਟੀਮ ਚੋਲਾ ਸਾਹਿਬ ਦੀ ਹੈ। ਲਓ ਪਹਿਲੀ ਕਬੱਡੀ ਪੈ ਗਈ, ਇੱਕ ਵਾਰੀ ਜ਼ੋਰ ਨਾਲ ਤਾੜਾ ਮਾਰੋ ਮੇਰੇ ਵੀਰ, ਖੁੱਲ ਗਏ। ਲਓ ਕਹਿੰਦੇ ਸ਼ੁਰੂਆਤ ਹੋਈ ਮੇਰੇ ਮਿੱਤਰੋ, ਲਓ ਪਹਿਲੀ ਕਬੱਡੀ ਮੱਗੇ ਦੀ ਤੇ ਪੁਆਇੰਟ ਕਹਿੰਦੇ ਉਸ ਵੇਲੇ ਚੋਲਾ ਸਾਹਿਬ ਦੀ ਟੀਮ ਦੇ ਹਿੱਸੇ। ਲੱਖਾ ਭਲਵਾਨ ਜੀ ਦੱਸਣਗੇ ਬਈ ਨਹੀਂ ਰੀਸਾ ਸਵਾਦ ਕਰ ਦਿੱਤਾ ਮੁੰਡੇ ਨੇ। ਲਓ ਪਹਿਲੀ ਕਬੱਡੀ ਦੇ ਕਹਿੰਦੇ ਪੁਆਇੰਟ ਭਾਵੀ ਦੇ ਹਿੱਸੇ ਜੁੜਦਾ ਹੋਇਆ। ਉੱਧਰ 6 ਜੁਲਾਈ ਨੂੰ ਕਹਿੰਦੇ ਰੌਣਕਾਂ ਦਵੇਰ ਸਾਹਿਬ ਦੇ ਵਿੱਚ ਲੱਗਣੀ ਹੈ, 7 ਤਰੀਕ ਤੋਂ 10 ਤਰੀਕ ਤੱਕ ਤਾਂ ਇੱਕ ਘਰਿਆਲੇ ਦੇ ਵਿੱਚ ਬੱਲੇ ਬੱਲੇ ਹੋਣੀ ਹੈ। ਪਰ ਦੇਖੋ ਵੀ ਅਗਲੀ ਕਬੱਡੀ, ਆਹ ਨੌਜਵਾਨ ਕਹਿੰਦੇ ਰਾਜਾਂ ਵਾਲੇ ਪਿੰਡ ਦਾ ਸੁੱਖਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਲਓ ਸੁੱਖੇ ਦੀ ਪਾਈ ਹੋਈ ਕਬੱਡੀ, ਲੈ ਵੀ ਹੈਪੀ ਨੌਜਵਾਨਾਂ ਤਿਆਰੀ ਫੜ ਲੈ, ਤਿਆਰੀ ਫੜ ਲੈ, ਜਾਂ ਕਹਿ ਬਾਜੂ ਭਲਵਾਨ ਨੂੰ, ਜਾਂ ਕਹਿ ਦੁੱਲੇ ਨੂੰ, ਤੇ ਜਾਂ ਫਿਰ ਕਹਿ ਤੋਤੇ ਨੂੰ ਵੀ ਨਾ ਸੁੱਖੇ ਦਾ ਵੀ ਪੂਰਾ ਚੱਲਦਾ। ਲਓ ਸੁੱਖਾ ਕਹਿੰਦੇ ਰਾਜਾਂ ਵਾਲੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਪੋਲੇ ਪੋਲੇ ਕਦਮ ਟਿੱਕੇ ਆ ਵਿਰੋਧੀਆਂ ਦੇ ਵਿਹੜੇ, ਪਾਉਣ ਜਾਫੀ ਜੱਫਾ ਲਾਉ ਲਓ। ਹੈਪੀ ਕਹਿੰਦੇ ਟਰਾਈ ਕਰਦਾ ਪੂਰੀ, ਪੱਲੇ 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 ਪੱਲੇ, ਸਵਾਦ ਪੱਕਰਾ ਸਵਾਦ ਪੱਕਰਾ ਸਵਾਦ ਵੱਖਰਾ,
ਲੇਡੀ ਸਾ ਕਹਿੰਦੇ ਪੱਲੇ 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 ਜੇ ਅੱਜ ਨਾ ਹੁਰ ਹੁਰ ਹੋਈ ਤੇ ਹੋਣੀ ਕਦੋਂ ਹੈ, ਅੱਜ ਹੁਰ ਹੁਰ ਹੋਊ ਮੇਰੇ ਮਿੱਤਰੋ। ਲਓ ਰਾਣਾ ਕਹਿੰਦੇ ਮਹਿਮ ਦਵਾਲੀਆ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ, ਉਹ ਮਿੱਤਰੋ ਜੇ ਸਵਾਦ ਆ ਰਿਹਾ ਇੱਕ ਵਾਰੀ ਰੌਲਾ ਰੂਲਾ ਜਾ ਪਾ ਦੋ, ਉਹ ਪਤਾ ਲੱਗੇ ਵੀ ਗੁਰੂ ਘਰ ਦੇ ਵਿੱਚ ਰੌਣਕ ਹੈ। ਲਓ ਰਾਣਾ ਮਹਿਮ ਦਵਾਲੀਆ, ਉੱਧਰ ਕਹਿੰਦੇ ਸਾਹਮਣੇ ਜੀਤਾ ਤਲਵੰਡੀ ਵਾਲਾ ਤਲਵੰਡੀ ਵਾਲਾ, ਲਓ ਕੀਤੀ ਟਰਾਈ ਮੁੰਡੇ ਦੀ ਲੱਗਦਾ ਜੋਰ ਪੂਰੀ ਪੱਲੇ 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 ਪੂਰੀ ਪੱਲੇ ਪੱਲੇ ਗਰਾਊਂਡ ਦੇ ਵਿੱਚ ਰਾਣਾ ਮਹਿਮ ਦਵਾਲੀਆ। ਉੱਧਰ ਕਹਿੰਦੇ ਜੀਤਾ 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 ਤਲਵੰਡੀ ਵਾਲਾ, ਸਾਹਮਣੇ ਸਵਾਦ ਸਵਾਦ ਕਰ ਦਿੱਤਾ ਬਈ ਵਾ ਨਹੀਂ ਸਾ। ਉੱਧਰ ਡੀਪੀ ਸਾਹਿਬ ਨੇ ਥਾਪੀ ਦਿੱਤੀ ਹੈ ਜਿਵੇਂ ਸਿਆਣੀ ਬੁੜੀ ਮੱਝ ਜੋਗੇ ਦਿੰਦੀ ਹੁੰਦੀ ਹੈ। ਚੱਲ ਵੀ ਮੰਨਿਆ ਪਾ ਵੀ ਕਬੱਡੀ, ਉਹ ਮੰਨਾ ਕਹਿੰਦੇ ਨਵੇਂ ਪਿੰਡ ਵਾਲ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮਾਣਾ ਧਰਤੀ ਤੱਕ। ਲਓ ਦੇਖੋ ਗੱਭਰੂ ਦੀ ਭਾਈ ਕਬੱਡੀ, ਲੈ ਵੀ ਹੈਪੀ ਲੈ ਲੈ ਟੈਨਸ਼ਨ, ਜਾਂ ਕਹਿ ਬਾਜੀ ਨੂੰ ਜਾਂ ਕਹਿ ਦੁੱਲੇ ਨੂੰ ਜਾਂ ਫਿਰ ਕਹਿ ਰਾਣੀ ਬੁਲਾਵੇ ਤੋਤੇ ਨੂੰ ਵੀ ਆਹ ਮੁੰਡਾ ਸੁੱਕਾ ਨਾ ਜਾਵੇ। ਲਓ ਦੇਖੋ ਗੱਭਰੂ ਦੀ ਪਾਈ ਹੋਈ ਕਬੱਡੀ, ਬੋਲੇ ਬੋਲੇ ਕਦਮ ਟਿਕੇ ਆ ਵਿਰੋਧੀਆਂ ਦੇ ਪਿੰਡ ਦੇ ਵਿੱਚ, ਚੌਂ ਦੇ ਵਿੱਚੋਂ ਕਿਸ ਗੱਭਰੂ ਨੇ ਜੱਫਾ ਲਾ ਕੇ ਪੱਲੇ ਬੱਲੇ ਕਰਵਾਉਣੀ। ਲਓ ਦੁੱਲੇ ਦਾ ਕਹਿੰਦੇ ਗਲਾਲੀਪੁਰ ਪਿੰਡ ਹੈ। ਲਓ ਸਾਹਮਣੇ ਮੰਨਾ ਨਵੇਂ ਪਿੰਡ ਵਾਲਾ ਇੱਕ ਵਧੀਆ ਪੁਆਇੰਟ ਦਾ ਵਾਅਦਾ ਕਰਦਾ ਗੱਭਰੂ ਆਪਣੀ ਟੀਮ ਦੇ ਲਈ, ਇਹ ਹੈ ਕਹਿੰਦੇ ਨਵੇਂ ਪਿੰਡ ਵਾਲਾ ਮੰਨਾ ਇੱਕ ਸੁੰਦਰ ਜਿਹਾ ਪੁਆਇੰਟ ਜੋੜਦਾ ਹੋਇਆ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ, ਆਏ ਕਹਿੰਦੇ ਕਾਕਾ ਚੋਲਾ ਸਾਹਿਬ ਦੀ ਧਰਤੀ ਦਾ। ਲਓ ਕਾਕਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਉੱਧਰ ਚਾਰ ਜਾਫੀ ਦੇ ਚਾਰੇ ਕਹਿੰਦੇ ਚੰਦਰੇ ਜਾਫੀ ਹੈ, ਚੰਦਰੀਆਂ ਬੁਲਾਵਾ ਹੈ, ਕਹਿੰਦੇ ਸੁਭਾਅ ਵੀ ਅੜਬਾ ਹੈ ਤੇ ਕਬੱਡੀ ਦੇ ਵਿੱਚ ਕਹਿੰਦੇ ਖੜਕਾ ਦੜਕਾ ਕਰਦੇ ਰਹਿਣਾ ਚਾਰਾਂ ਦੀ ਆਦਤ ਹੈ। ਇੱਕ ਪਾਸੇ ਗਗੜਾ, ਨਾਲ ਕਹਿੰਦੇ ਸੁਨਿਆਰਾ ਤਲਵੰਡੀ ਵਾਲਾ, ਨਾਲ ਬਿੱਲਾ ਗਗੜੇ ਦਾ ਤੇ ਨਾਲ ਕਹਿੰਦੇ ਨੀਲਾ ਬਘਿਆੜ। ਆਹ ਜੱਟ ਨੇ ਕਹਿੰਦੇ 69 ਟਰੈਕਟਰ ਜਿੱਤਿਆ ਤੇ ਆਹ ਲੱਖੇ ਭਲਵਾਨ ਦੇ ਫੈਸਲੇ ਤੇ ਇੱਕ ਵਾਰੀ ਤਾੜੀ ਮਾਰੋ ਜ਼ੋਰ ਨਾਲ ਮੇਰੇ ਵੀਰੋ। ਜੇ ਕੋਈ ਹੋਰ ਮਾੜਾ ਮੋਟਾ ਰੈਫਰੀ ਪਾਸੋਂ ਸੱਦਿਆ ਹੁੰਦਾ ਤੇ ਰੌਲਾ ਪੈਣਾ ਸੀ ਇੱਥੇ। ਲੱਖਾ ਭਲਵਾਨ ਜੀ, ਇਹ ਨਹੀਂ ਵੀ ਮੂੰਹ ਤੇ ਤਾਰੀਫ ਹੋ ਜਾਂਦੀ ਪਰ ਜਿਹੜੀ ਗੱਲ ਸੱਚ ਹੁੰਦੀ ਨਾ ਉਹ ਕਹੀ ਜਾਂਦੀ ਹੈ। ਪ੍ਰਵੀਨ ਜੀ, ਜੇ ਕੋਈ ਹੋਰ ਰੈਫਰੀ ਹੁੰਦਾ ਨਾ ਪਾਸਿਓ ਸੱਦਿਆ ਹੁੰਦਾ ਨਾ ਤੇ ਰੌਲਾ ਪੈਣਾ ਸੀ, ਕਿਉਂਕਿ ਲੱਖੇ ਭਲਵਾਨ ਦੀ ਨਿਗਾਹ ਜਿਹੜੀ ਹੈ ਨਾ ਇੱਧਰ ਕਹਿੰਦੇ ਕਲਵੰਤ ਸਿੰਘ ਹੋਣੀ ਹੈ ਪਰ ਇੱਧਰ ਰੂਪੇ ਦੀ ਭਾਈ ਕਬੱਡੀ ਦੇ ਕਹਿੰਦੇ ਬਾਜੂ ਭਲਵਾਨ ਟਰਾਈ ਕਰਦਾ। ਲਓ ਰੂਪਾ ਬੈਰੋ ਕੇ ਪਿੰਡ ਵਾਲਾ ਇੱਕ ਵਧੀਆ ਪੁਆਇੰਟ ਜੋੜਦਾ ਹੋਇਆ। ਲਓ ਕਹਿੰਦੇ ਕਲਵੰਤ ਸਿੰਘ ਜੀ ਅਰਸ਼ ਦੇ ਫਾਦਰ ਸਾਹਿਬ ਇਸ਼ਾਰਾ ਕਰਦੇ ਆ ਵੀ ਇਹ ਪੁਆਇੰਟ ਰੇਡਰ ਦੇਸੇ ਆ। ਚੱਲ ਵੀ ਗੱਭਰੂਆ ਪਾ ਵੀ ਕਬੱਡੀ, ਆ ਕਹਿੰਦੇ ਬਾਬੇ ਜੰਗੀਰ ਸਿੰਘ ਦਾ ਪੋਤਰ ਸਰਦਾਰ ਧਰਮ ਸਿੰਘ ਦਾ ਬੇਟਾ ਹੈ, ਪਿੰਡ ਚੰਬਾ ਦੇ ਰੇਸ਼ਮ ਨਾਮ ਹੈ। ਇੱਕ ਰੇਸ਼ਮ ਕਹਿੰਦੇ ਉਹ ਹੈ ਜਿਹਦੀ ਖੋਜ ਕਹਿੰਦੇ ਚੀਨ ਨੇ ਅੱਜ ਤੋਂ ਕਹਿੰਦੇ 4000 ਸਾਲ ਪਹਿਲਾਂ ਕੀਤੀ ਹੈ, ਪਰ ਆ ਕਹਿੰਦੇ ਨੀਲਾ ਬਘਿਆੜ ਮੇਰੇ ਮਿੱਤਰੋ। ਲਓ ਰੇਸ਼ਮ ਚੰਬੇ ਵਾਲੇ ਨੂੰ ਜੱਫਾ ਲਾਇਆ ਹੈ, ਇਹ ਆ ਨੀਲਾ ਬਘਿਆੜ ਜੋਗੇ ਵਾਲੀ ਦੀ ਧਰਤੀ ਦਾ। ਇਹ ਮੁੰਡੇ ਦੇ ਜੱਫਿਆਂ ਦੇ ਕਹਿੰਦੇ ਹਨੀ ਸਿੰਘ ਨੇ ਭੰਗੜਾ ਪਾਇਆ ਹੈ, ਹਨੀ ਸਿੰਘ ਨੇ ਭੰਗੜਾ ਪਾਇਆ ਹੈ, ਲੀਗ ਮੈਚਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ। ਉੱਧਰ ਜੱਸਾ ਸਾਡਾ ਬਹੁਤ ਪਿਆਰਾ ਵੀਰ ਹੈ, ਅਵਤਾਰੋੜੀ ਵੀਰ ਹੈ ਤੇ ਜੱਸੇ ਦੇ ਫਾਦਰ ਸਾਹਿਬ ਕਹਿੰਦੇ ਹੱਡਾਂ ਪੈਰਾਂ ਦੇ ਅੰਗਾਂ ਪੈਰਾਂ ਦੇ ਸਿਆਣੇ ਹੈ, ਪਰ ਆਹ ਕਹਿੰਦੇ ਸ਼ੇਰੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਲਓ ਮੁੰਡੇ ਦੀ ਪਾਈ ਕਬੱਡੀ, ਲੈ ਵੀ ਤੋਤਿਆ ਦੁਨੀਆ ਫੈਨ ਹੈ, ਹੈਪੀ ਨੇ ਟਰਾਈ ਕੀਤੀ, ਹੈਪੀ ਨੇ ਟਰਾਈ ਕੀਤੀ ਹੈ। ਲਓ ਸਾਹਮਣੇ ਕਹਿੰਦੇ ਵੀ ਮੁੰਡਾ ਦਾ ਪੇਚਾਂ ਦੀ ਪਟਾਰੀ ਹੈ, ਐਵੇਂ ਨੀ ਯੂਰਪ ਨੇ ਚੋਣ ਕੀਤੀ। ਲਓ ਸਵਾਦ ਵੱਖਰਾ ਕਰ ਦਿੱਤਾ। ਲਓ ਕਹਿੰਦੇ ਸ਼ੇਰੀ ਨੇ ਵਧੀਆ ਪੁਆਇੰਟ ਜੋੜ ਦਿੱਤਾ ਹੈ, ਇਹ ਹੈ ਸ਼ੇਰੀ ਹਵੇਲੀਆਂ ਵਾਲਾ ਇੱਕ ਸੁੰਦਰ ਜਿਹਾ ਅੰਕ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ। ਆ ਕਹਿੰਦੇ ਰਿਸ਼ਪਾਲ ਭੈਣੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਲਓ ਭੈਣੀ ਪਿੰਡ ਦੇ ਕਹਿੰਦੇ ਰਿਸ਼ਪਾਲ ਦੀ ਪਾਈ ਹੋਈ ਕਬੱਡੀ, ਤਲਵੰਡੀ ਵਾਲਾ ਗਗੜਾ ਕਹਿੰਦੇ ਇੱਕ ਕੰਨੀ ਤੇ ਖੜਾ, ਦੋ ਨੰਬਰ ਤੇ ਕਹਿੰਦੇ ਬਿੱਲਾ ਗਗੜੇ ਵਾਲਾ, ਨਾਲ ਕਹਿੰਦੇ ਸੁਨਿਆਰਾ, ਆ ਕਹਿੰਦੇ ਬਿੱਲਾ ਗਗੜੇ ਦੀ ਧਰਤੀ ਦਾ, ਗਗੜੇ ਦੀ ਧਰਤੀ ਦਾ। ਲਓ ਸਾਹਮਣੇ ਕਹਿੰਦੇ ਬਿੱਲੇ ਨੇ ਟਰਾਈ ਕੀਤੀ ਹੈ ਤੇ ਰਿਸ਼ਪਾਲ ਕਹਿੰਦੇ ਭੈਣੀ ਵਾਲਾ ਇੱਕ ਬਹੁਤ ਸੋਹਣਾ ਪੁਆਇੰਟ ਜੋੜਦਾ ਹੋਇਆ। ਆ ਜੱਟ ਨੇ ਕਹਿੰਦੇ ਕੈਨੇਡਾ ਨਾਲ ਵਰਲਡ ਕੱਪ ਖੇਡਿਆ। ਉੱਧਰ ਬਾਬਾ ਬਲਵਿੰਦਰ ਸਿੰਘ ਜੀ ਵੀ ਪੂਰੇ ਖੁਸ਼ ਹੈ ਵੀ ਸਵਾਦ ਆ ਰਿਹਾ ਕੱਲੀ ਕੱਲੀ ਕਬੱਡੀ ਦੇ। ਲਓ ਤਾਬਾ ਸੁਰ ਸਿੰਘ ਵਾਲਾ ਹੈ ਜਿਹਨੇ ਕੈਨੇਡਾ ਨਾਲ ਵਰਲਡ ਕੱਪ ਖੇਡਿਆ ਤੇ ਅੱਜ ਕਹਿੰਦੇ ਇਹਨਾਂ ਮੈਚਾਂ ਨੂੰ ਵੀ ਕੈਨੇਡਾ ਅਮਰੀਕਾ ਦੇ ਵਿੱਚ ਲਾਈਵ ਦੇਖਿਆ ਜਾ ਰਿਹਾ, ਪੂਰੀ ਦੁਨੀਆ ਕਹਿੰਦੇ ਮੈਚਾਂ ਦਾ ਆਨੰਦ ਮਾਣ ਰਹੀ ਹੈ। ਪੰਜਾਬ ਲਾਈਵ ਵਨ ਦੁਨੀਆ ਦੀ ਕਹਿੰਦੇ ਮੰਨੀ ਪ੍ਰਮੰਨੀ ਸਾਈਡ ਇਹ ਕਹਿੰਦੇ ਮੈਚਾਂ ਨੂੰ ਲਾਈਵ ਕਰ ਰਹੀ ਹੈ। ਪੰਜਾਬ ਦੀ ਕਹਿੰਦੇ ਮੰਨੀ ਪ੍ਰਮੰਨੀ ਸਾਈਡ ਜਿਹੜੀ ਹੈ ਨਾ ਪੰਜਾਬ ਲਾਈਵ ਵਨ ਇਹਨਾਂ ਮੈਚਾਂ ਨੂੰ ਲਾਈਵ ਕਰ ਰਹੀ ਹੈ, ਤਸਵੀਰਾਂ ਵੀ ਕਰ ਰਹੇ ਹੈ,
बाद दे विच इंटरनेट ते चढ़न गया ते लोकी डाउनलोड करनगे ते प्यार देनगे भी आ जा फिरे जफे लाए ते एने धावे बोले आ कहिंदे जोबण सरदार कहिंदे चंचल सिंह दा बेटा है कबड्डी पाउण दे लई बढ़िया होया खेड दे मैदान दे विच लाओ सामने जोगे वाले दा नैला है नाल बिल्ला ते नाल सुनियारा है ते एक पासे कहिंदे गगन खड़ा है हुण चौंदे विचों किस गबरू ने बल्ले बल्ले करवाउणी है लाओ कौण ट्राई करू नैले बगियाड़ दे नाल जोबण कहिंदे कर मुकाबला एक सुंदर जिहा पॉइंट जोड़दा है अपनी टीम दे लई चल भी सुखिया पा भी कबड्डी सुखे दा कहिंदे पहली कबड्डी ते हैप्पी ने बड़ा जोर कराया सीगा पर मुंडे दी हिम्मत देखो कि हाशिम फतेह नसीब तिना जिन्ना हिम्मत यार बनाई कि हाशिम फतेह नसीब तिना जिन्ना हिम्मत यार बनाई लो सुखा राजां वाले पिंड दा अगली कबड्डी पाउण दे लई वधिया होया खेड दे मैदान दे विच एक पासे चस्सा भी खड़ गया है ते नाल कहिंदे बाजू भलवान नाल दुल्ला ते दुल्ले दी बांह कहिंदे तोते ने फड़ी है लो दो नंबर तो पद के बाजू भलवान करदा ट्राई नहीं रीसा है ओ सुखे दी खेड कीनू वधिया लगदी तौड़ी मार के दसो एक बारी मेरे मित्रों यह सुखा कहते राजा वाले पिंड का एक बढ़िया पॉइंट का वाधा करता गभरू अपनी टीम के लिए आ कहते निशान सिंह मग्गा उधर देखो एक बांह दे अंदरले पासे अपने बाप की कहते फोटो बनाई हुई है एक बांह दे अंदरले पासे अपने बाप की फोटो बनाई हुई है पर इधर कहते ट्राई जी जीते ने की है लो जीता तलवंडी वाला ट्राई करना ते पॉइंट इस वेले रेडर के हिस्से जुड़ता हुआ खेड के मैदान के चल भी नाइवाना पा भी कबड्डी लो कहते मना नवे पिंड वाला अगली कबड्डी पाउण दे लई वधिया होया खेड दे मैदान दे विच उधर 18 जुलाई कहिंदे रूड़ी वाले पिंड दे विच भी सिरा मैच होणे आ 21 जुलाई नूं कहिंदे चोला साहब भाई शाहू शाह दी जगह ते रौणकां लगणगीआं पर आ कहिंदे गभरू इस वेले मन्ना नवे पिंड वाला उधर देखो बाजू भलवान कहिंदे ट्राई करदा ते मन्ना कहिंदे इक वधिया पॉइंट जोड़दा अपनी टीम दे लई मन्ना वधिया पॉइंट जोड़दा होया लै वी नैलिया आ मुंडा फिर आ गया राणा महमद वालिया इह कहिंदे दुआबे दा शेर जट लो राणे महमद वालिया दी भाई कबड्डी पहली कबड्डी ते कहिंदे जीते ने बड़ा जोर कराया सी आ मुंडे दा पर हुण देखांगे भी की बणदा है एक पासे गगन लो ओहो ही जाफी मैनू लगता भी एको एरिया है ते पॉइंट रेडर दे हिस्से है नखे भलवान दीआं दो अखां दे दोने जोड़े भरावां वर्गीआं है फैसला दिता भी पॉइंट जिहड़ा इस वेले वह रेडर दे हिस्से है चल भी नौजवाना पा भी कबड्डी लो रूपा बैरो के पिंड वाला अगली कबड्डी पाउण दे लई वाधा होया रूपा बैरो के दी धरती दा अगली कबड्डी पा रहा नौजवान खेड मैदान दे विच लो सामने आ की बन गया सारा टब्बर ही पै गया जिवें 57 बनाउणी हुंदी है कि कल्ला कहरा जट देख के सारे पिंड ने बोलता धावा कि कल्ला कहरा जट देख के सारे पिंड ने बोलता धावा चल भी काका पा भी कबड्डी नौजवान काका चोला साहब की धरती का अगली कबड्डी पाउण दे लई वधिया नौजवान खेड दे मैदान दे विच उधर कहिंदे बिल्ला बिल्ला गगड़े वाला करदा ट्राई देखो लगू जोर मेरे मित्रों पूरी बल्ले बल्ले खेड मैदान दे विच आ देखो जट्टां दे पुत पतंदर बने सी खड़े सिकंदर आओ धक्के नाल लै गए अंदर देखो खिच 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 भाई काके ने स्वाद कर दिता है काके ने कहिंदे इक वधिया पॉइंट जोड़ दिता अपनी टीम दे लई काका चोला साहब दा एक वधिया पॉइंट दा वादा करदा चल भी नौजवाना पा भी कबड्डी लाओ कहिंदे शेरी हवेलियां वाल अगली कबड्डी पाउण दे लई वधिया होया शेरी हवेलियां दी धरती दा अगली कबड्डी पाउण दे लई वधिया होया पोले पोले कदम जिहड़े विरोधियां ने बेड़े आ इधर कहिंदे तोते तोते दा राणी फला पिंड है जिहड़े पिंड दे रूसी वर्गे मुंडे अमृत होणी ते युद्ध वीरों ने कहिंदे कबड्डी दे स्टार कुछ आउण वाले समय दे स्टार सब जो है समय दीआं बातां है परमात्मा दी वड्डी मेहर इन्हां पिंडां ते क्योंकि कबड्डी दे हीरे पैदा कीते धरती ने उधर शेरे पंजाब साउंड दा बहुत वड्डा धन्नवाद है साउंड कहिंदे बड़ी प्यारी लगी साडे मित्रां दी लो रेशम चंबे वाला एक वधिया पॉइंट दा वाधा करदा नौजवान अपनी टीम दे लई चल भी ताबिया पा भी कबड्डी ताबा आए तुरदा जिवें रावी वगदी हुंदी है मुंडा झूम 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 के तुरदा है लो सामने ताबा सुर सिंह दी धरती दा सरदार जगिंदर सिंह दा बेटा अगली कबड्डी पाउण दे लई वधिया होया हैप्पी ने कहिंदे पट दे बाहरले पासे तीन चार थापियां मारियां लो देखो भी सामने हुण
पौड़ जाफी जफा ला के बल्ले बल्ले करवाऊ अपनी टीम के लिए। डैडी ताबिया जस्से दो बची पता नहीं कदों बढ़ू लत्तां दे विच डबल टच ते पॉइंट कहिंदे रेडर दे हिस्से है। ताबा सुर सिंह वाला एक वधिया पॉइंट दा वाधा करदा डाइवन अपनी टीम के लिए। रिशपताल भैणी पिंड वाला अगली कबड्डी पाउण दे लई वधिया होया कैनेडा भावें लख पैंदी आ पर गल जफ्फिया ते मुकड़ी है। कैनेडा भावें लख पैंदी आ पर गल जफ्फिया ते मुकड़ी है। लो रिशपताल कहिंदे भैणी पिंड दा कबड्डी पाउण दे लई वधिया होया। लो कहिंदे सुनियारा तलवंडी चौधरियां वाला ट्राई करदा है। बाबे नानक दी धरती सुल्तानपुर लोधी दा एरिया है। लो कहिंदे सुनियारे ने ट्राई कीती है ते रिशपाल कहिंदे बहुत सोहना पॉइंट अपनी टीम दे लई जोड़दा होया खेड दे मैदान दे विच। अगली कबड्डी पाउण दे लई कहिंदे मन्ना नवें पिंड वाला मन्ना नवें पिंडिया है। फिर बढ़िया होया गभरू ते पोले पोले कदम टिके है विरोधियों ने पेट दे विच के खेडनी होवे कबड्डी दुद्ध डेरी नहीं पाईदा दो माघ विच छड्डना पैंदा कहिंदे निगर जाईदा ते जेठाड़ विच सैणी पैंदी धुप दी मार मित्रो मन्ना सौखा नहीं कबड्डी दा स्टार मित्रो। लो टच कहिंदे फिर डबल हो गया मन्ना नवें पिंड वाला एक वधिया पॉइंट जोड़दा नाइवन अपनी टीम दे लई। मन्ना नवें पिंड वाला एक सुंदर जिहा अंक दा वाधा करदा होया चल भी गबरूआ पा भी कबड्डी। लो जोबण कहिंदे सरदार है कबड्डी दा। लो खालसे दी पाई कबड्डी ते कौण कहिंदे जफ्फा ला के बल्ले बल्ले करवाऊ अपनी टीम दे लई। लो जोबण दी कबड्डी पैंदी आ ते दुनिया कहिंदे उहनूं देंदी आ देखो चौं जाफियां दे विचों किस गबरू ने जफ्फा ला के बल्ले बल्ले करवाउणी आ। पर इधर कहिंदे नीला बघियाड़ ते टच जिहड़ा उह डबल हो गया ते आह पॉइंट कहिंदे जोबण अपनी टीम दे लई जोड़दा होया। जोबण चोला साहिब दी धरती दा एक सुंदर जिहा अंक दा वाधा करदा अपनी टीम दे लई। आ कहिंदे रूपा बैरोगे पिंड वाला जिन्हें अज तक दी कहिंदे सब तो महंगी कबड्डी नडाले दे कबड्डी कप दे पाई है। आ मुंडे दी रेट ते कहिंदे पूरा 3 लाख रुपया लगा सीगा इह गभरू ने कहिंदे 3 लाख दी रेट पाई है। रूपा बैरोगे पिंड वाला कबड्डी कबड्डी करदा होया खेड दे मैदान दे विच। पिंके सिख होणी कहिंदे डीबी साहब होणी रिंकू सरपंच होणी कहिंदे पुत्तां तों वध प्यार करदे है। उधर देखो कुलवंत कोच कुलवंत पहलवान ने कहिंदे कित्थों निगाह मारी है भी आह पॉइंट ते रूपे दे हिस्से है। रूपा वैरोगे पिंड वाला एक वधिया पॉइंट जोड़दा नाइवन अपनी टीम दे लई। चल भी मगे पा भी कबड्डी गभरू है। लो मगा कहिंदे कोट धर्म चंब कला पिंड है मुंडे दा 9 अक्षर लगदे है किन्नियां टिप्पियां किन्नियां बिंदियां किन्नियां बिहारियां किन्नियां कन किन्ने कन्ने। लो गल कहिंदे जिहड़ी अकल सोच तों दूर है। लो सामने कहिंदे मगे ने पॉइंट अपनी टीम दे लई जोड़ दिता है। मगा कहिंदे वधिया पॉइंट जोड़दा होया आ भाई पीपी च की पाई फिरदे पुछ लो भरा होर ना फिल्म बन जाए किसी की पानी है वधिया गल है निगाह रखियो मड़ी महाराज तुहाडी। चल भी गबरू पा भी कबड्डी। लो सामने देखो भी मन्ना इस वेले कबड्डी पाउण दे लई वधिया होया मन्ना नवें पिंड वाल। नौजवान नवें पिंडिया मन्ना पोले पोले कदम जिहड़े टिके आ विरोधियां दे बेड़ दे विच उस गबरू दे ते चौं दे विचों कहिंदे बढ़ के किने ट्राई कीती आ ते पॉइंट जिहड़ा रेडर दे हिस्से भाई वाह नहीं सर पॉइंट धावी का पॉइंट कहते इस वेले मन्ना अपनी टीम के लिए जोड़ता होया। चल भी राणा पा भी कबड्डी गभरू है। लो राणा कहते महमदवाल की धरती का कबड्डी पाउण दे लई बढ़िया होया मुंडा इस वेले खेड ग्राउंड के। उधर कहते सुनियारे वर्गे मुंडे गगन वर्गे जीते वर्गे पर आ कहते नीला बघियाड़ मेरे मित्रों। लो टच कहते डबल हो गया तो पॉइंट राणा महमदवालिया अपनी टीम के लिए जोड़ता होया। जो जफ्फा लगे ना फिर कहते रौला रप्पा जा पैना है। हुण कहते जफ्फा लगू तो सवाल कहिंदे वखरा ही आऊगा मेरे मित्रों। जो जफ्फे लगते फिर दुनिया भी भंगड़ा पाउंदी है लोग भी कहिंदे ताड़ियां मारदे है। पर आह कहिंदे सामने शेरी इस वेले हवेलियां पिंड दा कबड्डी पाउण दे लई वधिया होया। ताबे भी कहिंदे जुंडी दी यारी आ आह मुंडे दे नाल जिहड़ा हुण कबड्डी पा रहा है। हैप्पी वर्गे बाजू वर्गे दुल्ले वर्गे जस्से वर्गे चार जाफी पर सामने कहिंदे टच डबल हो गया ते पॉइंट कहिंदे रेडर दे हिस्से जुड़दा होया। बड़ा वधिया मुकाबला है ते पॉइंट कहिंदे इस वेले शेरी नौजवान अपनी टीम दे लई जोड़दा होया खेड मैदान दे विच। चल भी गबरूआ पा भी कबड्डी। लो अगली कबड्डी कहिंदे रेशम चंबे दी धरती दा पाउण दे लई वधिया होया खेड दे मैदान दे विच। कि किसे दे मन दे विच नहीं सी ख्वाब आया कि खेड ते भी चंगे दिन आउणगे जी इहदा इनाम करोड़ां दे विच होजू टीवी चैनलों ते मैच दिखाउणगे जी। पहलां जांदे सी पंजाब तों विदेश खेडण हुण विदेशां तों पंजाब नूं आउणगे जी। वधाउण वालिआं पंजाबीआं ने जिद फड़ ली क्रिकेट बराबर कबड्डी नूं बिठाउणगे जी। वधाउण वालिआं पंजाबीआं ने जिद फड़ ली क्रिकेट बराबर कबड्डी नूं बिठाउणगे जी। जिद फड़
ਖੜੀ ਹੋਈ ਆ ਪੰਜਾਬੀਆਂ ਨੇ ਵੀ ਆ ਕਬੱਡੀ ਦੀ ਕੁਰਸੀ ਜਿਹੜੀ ਕ੍ਰਿਕਟ ਦੇ ਬਰਾਬਰ ਜਿਹੜੀ ਇੱਕ ਦਿਨ ਡਹਿਣੀ ਡਹਿਣੀ ਹੈ ਲਓ ਤਾਬਾ ਸੁਰ ਸਿੰਘ ਵਾਲ ਕਬੱਡੀ ਪਾਉਣ ਦੇ ਲਈ ਪਾਧਾ ਨੌਜਵਾਨ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਤਾਬਾ ਸੁਰ ਸਿੰਘ ਵਾਲਾ ਲਓ ਪੋਲੇ ਪੋਲੇ ਕਦਮ ਟੇਕਿਆ ਵਿਰੋਧੀਆਂ ਦੇ ਵਿਹੜੇ ਕਾਲਾ ਕੱਛਾ ਚਿੱਟੀਆਂ ਫਟੀਆਂ ਹੈ ਦੁਨੀਆ ਨੂੰ ਸਮਾਂ ਯਾਦ ਹੋਣਾ ਜਦੋਂ ਕਾਲੇ ਕੱਛਿਆਂ ਵਾਲੇ ਨੇ ਕਹਿੰਦੇ ਬੜਾ ਵਕਤ ਪਾਇਆ ਸੀਗਾ ਪੰਜਾਬ ਨੂੰ ਮਾਸਟਰ ਬਲਵੀਰ ਸਿੰਘ ਜੀ ਸਾਡੇ ਵੱਡਾ ਪਿਆਰ ਦੇ ਰਹੇ ਪੰਜਾਬੀ ਬੋਲੋ ਤੋਂ ਖੁਸ਼ ਹੋ ਕੇ ਮਾਸਟਰ ਬਲਵੀਰ ਸਿੰਘ ਜੀ ਜਿਨ੍ਹਾਂ ਨੇ ਵੱਡਾ ਪਿਆਰ ਭੇਜਿਆ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਉਧਰ ਕਹਿੰਦੇ ਵੀਰ ਸਾਡੇ ਆਸਟ੍ਰੇਲੀਆ ਦੇ ਵਿੱਚ ਬੈਠੇ ਹੈ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਪਰਮਿੰਦਰ ਰੋਣੀ ਇੱਧਰ ਸਾਡੇ ਵੀਰ ਦੱਸਣਗੇ ਵੀ ਕਿਹਦੇ ਕਿੰਨੇ ਪੁਆਇੰਟ ਹੈ ਮੈਨੂੰ ਲੱਗਦਾ ਵੀ ਮੈਚ ਜਿਹੜਾ ਨਾ ਸਤਾਰਾਂ ਪੁਆਇੰਟ ਆ ਤੋਤਾ ਸਿੰਘ ਵਾਲੇ ਦੇ ਤੇ ਸਾਢੇ ਤੇਰਾਂ ਪੁਆਇੰਟ ਆ ਚੋਲਾ ਸਾਹਿਬ ਦੇ ਇੱਕ ਵਾਰੀ ਤਾੜੀ ਮਾਰੋ ਮੇਰੇ ਮਿੱਤਰੋ ਤੇਰਾਂ ਤੇ ਸਤਾਰਾਂ ਦਾ ਫਾਸਲਾ ਹੈ ਹਾਫ ਤੱਕ ਮੰਦਰ ਘੱਲਾਂ ਵਾਲਾ ਆ ਕੇ ਜਸ ਨੂੰ ਮਿਲ ਲਵੇ ਮੰਦਰ ਸਾਡਾ ਵੀਰ ਆ ਕੇ ਜਸ ਨੂੰ ਮਿਲ ਲਵੇ ਮੰਦਰ ਨੂੰ ਬੇਨਤੀ ਹੈ ਸਾਡਾ ਜਿਹੜੀਆਂ ਚੇਂਜ ਹੋਈਆਂ ਹੈ ਤੇਰਾਂ ਪੁਆਇੰਟ ਚੋਲਾ ਸਾਹਿਬ ਤੇ ਸਤਾਰਾਂ ਪੁਆਇੰਟ ਜਿਹੜੇ ਉਹ ਕਹਿੰਦੇ ਤੋਤਾ ਸਿੰਘ ਵਾਲੇ ਦੇ ਅੱਧਾ ਸਮਾਂ ਬੀਤਿਆ ਅੱਧਾ ਸਮਾਂ ਲੈ ਬਾਕੀ ਉਧਰ ਬਾਬਾ ਵਿਸਾਖਾ ਸਿੰਘ ਜੀ ਸੋਢੀ ਉਹਨਾਂ ਦਾ ਸਲਾਨਾ ਜੋੜ ਮੇਲਾ ਪਿੰਡ ਜੱਲੂਪੁਰ ਅੱਠ ਜਿਹੜੀਆਂ ਇੰਟਰ ਨੈਸ਼ਨਲ ਅਕੈਡਮੀਆਂ 3 ਜੁਲਾਈ ਨੂੰ ਉੱਥੇ ਰੌਣਕਾਂ ਲੱਗਣਗੀਆਂ ਆਪ ਸਭ ਨੂੰ ਸੱਦੇ ਆ ਭਾਈ ਜੱਲੂਪੁਰ ਦੇ ਵਿੱਚ ਮੈਚ ਸਾਹਮਣੇ ਕਹਿੰਦੇ ਵੀ ਪੂਰਾ ਜਿਹੜਾ ਹੈ ਉਹ ਵਧੀਆ ਅੱਧਾ ਸਮਾਂ ਬੀਤਿਆ ਅੱਧਾ ਸਮਾਂ ਲਈ ਬਾਕੀ ਹੈ ਇਸ ਮੈਚ ਦਾ ਅੱਧਾ ਸਮਾਂ ਜਿਹੜਾ ਬਾਕੀ ਹੈ ਤੇ ਅੱਧਾ ਸਮਾਂ ਹਾਲੇ ਬੀਤਿਆ ਲਓ ਦੇਖਦੇ ਆ ਵੀ ਅੱਧਾ ਸਮਾਂ ਜਿਹੜਾ ਅੱਧਾ ਸਮਾਂ ਬਾਕੀ ਤੇ ਅੱਧਾ ਸਮਾਂ ਬੀਤਿਆ ਲੋਕ ਕਬੱਡੀ ਫਿਰ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਪੈ ਗਈ ਹੈ ਲਓ ਸਾਹਮਣੇ ਕਹਿੰਦੇ ਨੌਜਵਾਨ ਇਸ ਵੇਲੇ ਸੁੱਖਾ ਰਾਜਾਂ ਵਾਲੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਹੈਪੀ 13-17 ਦਾ ਫਾਸਲਾ ਨੌਜਵਾਨਾਂ ਇੱਧਰ ਦੇਖੋ ਸਾਹਮਣੇ ਲੱਖਾ ਭਲਵਾਨ ਕਹਿੰਦਾ ਵੀ ਪੁਆਇੰਟ ਜਾਫੀਆਂ ਦਾ ਹੈ ਇਹ ਪੁਆਇੰਟ ਕਹਿੰਦੇ ਚੋਲਾ ਸਾਹਿਬ ਦੀ ਟੀਮ ਦੇ ਹਿੱਸੇ ਜੁੜਦਾ ਆ ਖੇਡ ਦੇ ਮੈਦਾਨ ਦੇ ਵਿੱਚ ਚੱਲ ਵੀ ਗੌਰੂ ਆਪਾਂ ਵੀ ਕਬੱਡੀ ਲਓ ਕਹਿੰਦੇ ਰਿਸ਼ਪਾਲ ਭੈਣੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਪੈਣਗੀਆਂ ਕਬੱਡੀਆਂ ਦੇ ਦੇਖੋ ਅੱਜ ਜੱਗ ਬਈ ਮਾਰ ਮਾਰ ਧੌਲਾ ਭੈੜੇ ਕੱਢਣ ਗਏ ਅੱਗ ਬਈ ਕੌਣ ਕਿੰਨੇ ਪਾਣੀ ਵਿੱਚ ਯਾਰੋ ਪਤਾ ਜਾਣਾ ਲੱਗ ਬਈ ਕੌਣ ਕਿੰਨੇ ਪਾਣੀ ਵਿੱਚ ਯਾਰੋ ਪਤਾ ਜਾਣਾ ਲੱਗ ਬਈ ਲਓ ਰਿਸ਼ਪਾਲ ਦੀ ਪਾਈ ਕਬੱਡੀ ਦੇ ਜ਼ੋਰ ਲੱਗੂ ਹੁਣ ਦੇਖੋ ਚੋਂ ਦੇ ਵਿੱਚੋਂ ਇੱਧਰ ਕਹਿੰਦੇ ਪੜ ਕੇ ਟਰਾਈ ਕੀਤੀ ਹੈ ਯਾਰ ਗਗਨਾ ਤਲਵੰਡੀ ਵਾਲਾ ਇਹ ਮੁੰਡੇ ਦੀ ਚੋਣ ਕਹਿੰਦੇ ਕੈਨੇਡਾ ਦੀ ਲੀਗ ਦੇ ਲਈ ਹੋਈ ਹੈ ਲਓ ਪਰਮਾਤਮਾ ਦੀ ਮਿਹਰ ਹੋ ਗਈ ਤੇ ਪੀ ਜਾਣ ਲੱਗੂ ਪਰ ਆਹ ਦੇਖੋ ਗਗਨਾ ਟਰਾਈ ਕਰਦਾ ਤੇ ਪੁਆਇੰਟ ਕਹਿੰਦੇ ਰਿਸ਼ਪਾਲ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਰਿਸ਼ਪਾਲ ਭੈਣੀ ਵਾਲਾ ਇੱਕ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਨੌਜਵਾਨ ਆਪਣੀ ਟੀਮ ਦੇ ਲਈ ਮੈਂ ਵੀ ਮੰਨਿਆ ਆ ਗਈ ਹੈ ਕਬੱਡੀ ਨੌਜਵਾਨ ਮੰਨਾ ਕਹਿੰਦੇ ਨਵੇਂ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੀ ਤਿਆਰੀ ਕਰਦਾ ਗੱਭਰੂ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਦੇਖੋ ਕਿ ਜਿੰਮਾਂ ਦੇ ਵਿੱਚ ਜਾ ਕੇ ਮੁੰਡੇ ਮਸਲ ਬਣਾਉਂਦੇ ਨੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਧੁੰਮਾ ਪਾਉਂਦੇ ਨੇ ਚਾਰ ਚਫੇਰੇ ਕਰਦੇ ਦੇਖੇ ਕਈ ਕਮਾਲ ਬਈ ਕਿ ਵਿੱਚ ਸਟਾਰਾ ਨਾ ਆਉਂਦਾ ਏ ਮਿਹਨਤ ਨਾਲ ਬਈ ਕਿ ਵਿੱਚ ਸਟਾਰਾ ਨਾ ਆਉਂਦਾ ਏ ਮਿਹਨਤ ਨਾਲ ਬਈ ਬਾਕੀ ਇੱਕ ਵੱਡੀ ਮਿਹਨਤ ਕਰਨੀ ਪੈਂਦੀ ਆ ਇੱਕ ਵੱਡੀ ਘਾਲਣਾ ਘਾਲਣੀ ਪੈਂਦੀ ਆ ਫਿਰ ਦੁਨੀਆ ਸਲਾਮਾਂ ਕਰਦੀ ਤੇ ਲੋਕ ਸੁਰਨਾਵੇ ਪੁੱਛਦੇ ਆ ਲਓ ਮੰਨੇ ਦੀ ਪਾਈ ਕਬੱਡੀ ਤੇ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਗੱਭਰੂ ਹੈ ਪਾ ਵੀ ਕਬੱਡੀ ਲਓ ਦੇਖੋ ਸਾਹਮਣੇ ਅਗਲੀ ਕਬੱਡੀ ਕਹਿੰਦੇ ਜੋਬਣ ਚੋਲਾ ਸਾਹਿਬ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੈ ਸਿਰ ਦੇ ਉੱਪਰ ਜੂੜਾ ਦੇ ਜੂੜੇ ਦੇ ਉੱਪਰ ਬੰਨਿਆ ਰੁਮਾਲ ਕਿੰਨਾ ਸੋਹਣਾ ਲੱਗਦਾ ਲਓ ਸਿੱਖੀ ਸਾਂਭੀ ਹੋਈ ਆ ਮੁੰਡੇ ਨੂੰ ਤਾਹੀ ਤੇ ਕਹਿੰਦੇ ਗੱਭਰੂ ਦੀ ਬੱਲੇ ਬੱਲੀ ਹੈ ਲਓ ਵਾਕਈ ਕਹਿੰਦੇ ਸਿੱਖੀ ਸਾਂਭੀ ਹੋਈ ਹੈ ਦਿਲੋਂ ਪਿਆਰ ਕੀਤਾ ਸਿੱਖੀ ਨੂੰ ਤੇ ਸਿੱਖੀ ਸਾਂਭੀ ਹੋਈ ਹੈ ਪਰਮਾਤਮਾ ਦੀ ਵੱਡੀ ਮਿਹਰ ਹੈ ਤਾਹੀ ਤੇ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਵੱਲੋਂ ਵੀ ਬੱਲੇ ਬੱਲੇ ਹੋਈ ਤੇ ਕਹਿੰਦੇ ਲੀਗ ਮੈਚਾਂ ਦੇ ਵਿੱਚ ਵੀ ਤੇ ਕਿਤੇ ਗੱਲ ਕਹਿੰਦੇ ਜਿਹੜੀ ਇੰਗਲੈਂਡ ਉਧਰ ₹500 ਇਹਦੀਆਂ ਕਬੱਡੀਆਂ ਤੇ ₹500 ਦੀਆਂ ਤਿੰਨਾਂ ਕਬੱਡੀਆਂ ਤੇ ਹੋਣਾ ਹੈ ਜੇ ਜੱਫਾ ਲੱਗ ਗਿਆ ਜਾਫੀ ਨੂੰ ਤੇ ਨਹੀਂ ਫਿਰ ਮੁੰਡੇ ਨੂੰ ₹500 ਲੱਗਾ ਮੇਰੇ ਮਿੱਤਰੋ ₹500 ਦੀਆਂ ਕਬੱਡੀਆਂ ਤੇ ਲੱਗਾ ਉਧਰ ਕਹਿੰਦੇ ਰੂਪੇ ਨੇ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਰੂਪਾ ਕਹਿੰਦੇ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਗੱਭਰੂ ਆਪਣੀ ਟੀਮ ਦੇ ਲਈ
उधर कहते भी काला बाई कहता भी 500 रुपया दिता जाना है, पर इधर कहते सामने स्वाद कबड्डी का। इधर पॉइंट कहते रेडर के हिस्से जुड़ता होया राइवन मग्गा कहते कोट धर्मचंद कलांवाल एक बहुत सोहने पॉइंट का वाधा करता गभरू अपनी टीम के लिए। लो अगली कबड्डी कहते आ है नौजवान शेरी हवेलिया की धरती का, शेरी हवेलिया वाला अगली कबड्डी पाने के लिए वाधा होया। लो देखो शेरी की पाई कबड्डी हुण हैप्पी वर्गे पाजू वर्गे मुंडे जस्से वर्गे जां तोते वर्गे चारों के कौन जाफी जफा ला के बल्ले बल्ले करवाऊ अपनी टीम के लिए। लो पोले पोले कदम टेकिया विरोधियों ने बेड़ दे विच, हुण देखो भी कौन जाफी जफा ला के बल्ले बल्ले करवाएगा कि टीवी अखबारों में ना बोलता एक जगह नहीं वह थां थां बोलता किहदा पुत किहदा पोता योधिया ते चंडियाए किहड़े कोच महान दा पुत जिन्हां मावां दे कबड्डी खेड़ दे भी नाम उच्चा हो जाए सारे खानदान का, पुत जिन्ना मामा दे कबड्डी खेड़ दे भी नाम उच्चा हो जाए सारे खानदान का, खानदान का ना कहते उच्चा हो जाता है जिन्होंने पुत कौडी खेड़ दे उन्हां दी कहते चर्चा होंदी है। लो कहते नीला बगियाड़ मेरे मित्रों के बिचे पग्गां वाला मांझता ललारी ते पंज सत फोखे रेड़ते हुण बाई दे पीड़ भी लगी ते नाले खुरकदा जिहा पहला कहता भी पिछे हट जाओ पता नहीं गड्डियां नॉन स्टॉप ही भजदियां है जग्गा भाई असी कहता भी फिल्म बन गई सी। पर इधर देखो भी सामने नौजवान कहते ताबा सुर सिंह वाला अगली कबड्डी पाने के लिए बढ़िया होया है, ताबा सुर सिंह वाला है अगली कबड्डी पाने के लिए बढ़िया होया। मैं पहला भी गल की भी कोई समा आया सी जो काले कछियां वाले ने पंजाब नूं बड़ा वक्त पाया कहिंदे कहोले दे मंजे कहिंदे कोठे दे चढ़ाते सीगे। लो देखो सामने हैप्पी ट्राई करदा है ते सुर सिंह या ताबा कहिंदे भज्जा हुंदा है। नौजवान एक वधिया पॉइंट लैके अपनी टीम दे लई इह है कहिंदे ताबा सुर सिंह वाला एक सुंदर जिहा अंक दा वाधा करदा। रेशम पाओ कबड्डी नौजवान, लो रेशम नाम रेशम दा मतलब कहिंदे कूला हुंदा नरम हुंदा पर आह मुंडा कहिंदे कबड्डी दे विच बड़ा सख्त है, बड़ा सख्त है जिवें बीनू ढिल्लों कहिंदा धूरी वाला है कि मुंडे का बड़ा कब्बा सुभा है कबड्डी के विच। लो देखो सामने रेशम की पाई हुई कबड्डी हुण देखो कौन इधर देखो सामने पूरी पल्ले 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 नहीं रिस लो नीला बगियार पूरी पल्ले 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 स्वाद कर दिता है हुण जोर लगा तो हुण ही कहिंदे ताड़ियां भजियां है। मैनू लगता भी उधर कहते सुखा अगली कबड्डी पाउण दे लई आ गया चल भी नौजवान है पा भी कबड्डी। लो कहिंदे सुखा गभरू राजा वाले पिंड का अगली कबड्डी पाने के लिए वाधा होया। बाबे हजूरा सिंह संधू के पोतरे की कबड्डी इस वेले खेड के मैदान है। मां सुरेंद्र कौर का कहते कला कला पुत है सरदार दर्शन सिंह संधू का बेटा कबड्डी पा रहा है सुखा राजा वाले की धरती का। उधर कहते तोते ने ट्राई की है तो सुखा कहते लाट है कबड्डी की ना कहते कि उंगल खेड़ी करदा ना कोई थापी मारदा है तो परमात्मा ने कहते जी निम्रता है ना वह जट के तुन तुन के भरी है। ना सामने कहते रिशपाल अगली कबड्डी पाने के लिए वध्या होया। उधर कीपा जोगे वाली साडा वीर भी पुजा है उस यार का भी दिलों धन्यवाद है क्योंकि कबड्डी के महान प्लेयर अज जे पुजे है। लो रिशपाल ट्राई करता है रिशपाल कहते बहुत सोना पॉइंट जोड़ता है। उधर जीते का कहते बड़ा नाम है कबड्डी की दुनिया के जीते का कहते बड़ा नाम है मन्ने पा भी कबड्डी नौजवान। लो सामने कहते मन्ना अगली कबड्डी पा रहे एक मन्ना कहते जियो वाले वाला है एक मन्ना कहते लालपुरी है एक मन्ना नुपोदर वाला है पर आ मन्ना कहते नवे पिंड वाला इस वेले कबड्डी पाने के लिए वध्या होया। मन्ना कहते इस वेले नवे पिंड वाला इहदा अंदाज इहदा स्टाइल इहदी दिख देखो। लो सामने मन्ना नवे पिंड वाला है पोले पोले कदम टेके है। उधर कहते दुल्ले ने ट्राई की है तो पॉइंट लखा भलवान कहता पॉइंट जाफियां दे हिस्से है आ पॉइंट कहते इस वेले चोला साहब की टीम के हिस्से जुड़ता होया खेड के मैदान के मैच कहते पूरा फस गया है। उधर सरबण साडा वीर आप दिलों धन्यवाद कर रहे हैं परमात्मा लंबी उम्र देवे पर इधर कहते जोबण की पाई हुई कबड्डी है। लो जोबण सामने कहते इस वेले कबड्डी कबड्डी करता होया गभरू खेड़ दे मैदान दे विच कच्छा थोड़ा जा तानू चुकिया पे मोटे पट्टा दे दर्शन करवाए है। लो लगी मेहनत तो दूरों नजर आउंदी है गगना तलवंडी वाला कहते ट्राई करदा ते नौजवान जोबण एक वधिया पॉइंट जोड़दा अपनी टीम दे लई। उधर काले बाई वालों 500 रुपया लगा होया। इधर देखो भी सामने रूपा वैरो के पिंड वाला है अज 500 रुपया है आ नौजवान की कबड्डी के उपर है। लो देखो रूपे की पैंती कबड्डी तो दुनिया कहते दे भी है ना भी हैप्पी पूरा 500 रुपया दिता जाना है। मुंडे दियां कबड्डियां
ਦੋ ਪੈ ਗਈਆਂ ਤੇ ਤੀਜੀ ਕਬੱਡੀ ਜਿਹੜੀ ਪਾਊ ਤੇ ਫਿਰ 500 ਦੇ ਫੈਸਲੇ ਹੋਣਗੇ। ਲਓ ਰੂਪੇ ਨੇ ਕਹਿੰਦੇ ਇੱਕ ਵਧੀਆ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ। ਮੱਗੇ ਪਾਓ ਕਬੱਡੀ ਨੌਜਵਾਨ। ਲਓ ਸਾਹਮਣੇ ਦੇਖੋ ਇਹ ਗੱਭਰੂ ਦੀ ਕਹਿੰਦੇ ਸੱਜੀ ਬਾਂਹ ਦੇ ਅੰਦਰਲੇ ਪਾਸੇ ਕੂਹਣੀ ਤੋਂ ਥੱਲੇ ਗੁੱਟ ਤੋਂ ਉੱਤੇ ਆਪਣੇ ਬਾਪ ਦੀ ਫੋਟੋ ਬਣਾਈ ਹੋਈ ਆ ਮੁੰਡੇ ਨੇ। ਇਹ ਆ ਕਹਿੰਦੇ ਮੱਗਾ ਕੋਟ ਧਰਮ ਚੰਦ ਕਲਾਂ ਵਾਲਾ। ਲਓ ਕਹਿੰਦੇ ਪਿੱਲਾ 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 ਗਗੜੇ ਵਾਲਾ। ਉੱਧਰ ਕਹਿੰਦੇ ਮੱਗਾ ਭੱਜਾ ਜਾਂਦਾ ਫੜ ਲੈ ਕੇ ਆਪਣੀ ਟੀਮ ਦੇ ਲਈ ਮੱਗਾ ਕੋਟ ਧਰਮ ਚੰਦ ਕਲਾਂ ਵਾਲਾ। ਹੁਣ ਪੁੱਛਣਾ ਵੀ ਚਾਹੁੰਦਾ ਵੀ ਬਿੱਲੇ ਕਿਤੇ ਜਾਰੇ ਤਾਂ ਨਹੀਂ ਲੱਗ ਗਈ ਵੀ ਉਹ ਗੱਲ ਆ ਵੀ ਕੋਠੇ ਤੇ ਡੱਬੀਆਂ ਨੇ ਮਾਰ ਕੇ ਚਪੇੜਾ ਪੁੱਛਦਾ ਤੇਰੇ ਕਿੱਥੇ 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 ਵੱਜੀਆਂ ਨੇ ਮਾਰ ਕੇ ਚਪੇੜਾ ਪੁੱਛਦਾ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ। ਅਗਲੀ ਕਬੱਡੀ ਦੇਖੋ ਵੀ ਕੌਣ 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 ਪਾਵੇਗਾ। ਇਹ ਆ ਤਾਬਾ ਸੁਰ ਸਿੰਘ ਵਾਲਾ ਮੇਰੇ ਮਿੱਤਰੋ। ਲਓ ਤਾਬੇ ਦੀ ਪਾਈ ਹੋਈ ਕਬੱਡੀ ਖੇਡ ਗਰਾਊਂਡ ਦੇ ਵਿੱਚ ਕਿ ਬੱਲੀਏ ਬਣਾਂਗੇ ਝਾਂਜਰ ਤੇਰੀ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਬਣ ਜਾਣਾ ਸੁਰਮਾ ਨਹੀਂ ਤਾਂ ਪੱਕੇ ਬਣ ਜਾਣਾ ਹੈ ਗਾਨੀ ਤੇਰੀ ਦੇ ਬਣ ਕੇ ਤੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਅੱਜ ਤੈਨੂੰ ਟੱਕਰਾਂਗੇ। ਲਓ ਦੇਖੋ ਸਾਹਮਣੇ ਰਾਣਾ ਮਹਿਮਦ ਵਾਲੀ ਆ ਕਬੱਡੀ ਪਾਉਣ ਦੇ ਲਈ ਵੱਧ ਆਇਆ ਖੇਡ ਮੈਦਾਨ ਦੇ ਵਿੱਚ। ਰਾਣੇ ਦਾ ਕਹਿੰਦੇ ਮਹਿਮਦ ਵਾਲ ਪਿੰਡ ਹੈ ਜਿਹੜੇ ਪਿੰਡ ਦਾ ਸੰਦੀਪ ਸੁਰਖਪੁਰ ਦੇ ਲਈ ਖੇਡ ਕੇ ਪ੍ਰਸਿੱਧ ਹੋਇਆ। ਮੈਨੂੰ ਲੱਗਦਾ ਫਸ ਗਿਆ ਤੰਦੂਰ ਚ ਬਿੱਲਾ। ਉੱਧਰ ਦੇਖੋ ਚੱਕ ਕੇ ਬਾਹਰ ਬਿਠਾਤਾ ਮੁੰਡੇ ਨੇ ਜਿਵੇਂ ਮਾਰ ਹੁੰਦੇ ਬੱਚੇ ਨੂੰ ਚੱਕ ਕੇ ਕੰਧੋਲੀ ਤੇ ਪਾਉਂਦੀ ਹੁੰਦੀ ਹੈ। ਲਓ ਸਾਹਮਣੇ ਕਹਿੰਦੇ ਰਾਣਾ ਮਹਿਮਦ ਵਾਲੀ ਹੈ ਪਰ ਪੁਆਇੰਟ ਕਹਿੰਦੇ ਨੀਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਚੱਲ ਵੀ ਗੱਭਰੂ ਆ ਪਾ ਵੀ ਕਬੱਡੀ ਆ ਕਹਿੰਦੇ ਤੀਜੀ ਕਬੱਡੀ ਆ ਰੂਪੇ ਵੈਰੋਕੇ ਵਾਲੇ ਦੀ। ਹੁਣ ਕਹਿੰਦੇ 500 ਰੁਪਈਆ ਦਿੱਤਾ ਜਾਣਾ ਹੈ ਜੇ ਜੱਫਾ ਲੱਗ ਗਿਆ ਜਾਫੀ ਨੂੰ ਤੇ ਨਹੀਂ ਕਹਿੰਦੇ 500 ਰੁਪਈਆ ਧਾਵੀ ਦਾ ਆਉਣਾ। ਇਹ ਮੁੰਡੇ ਦੀ ਤੀਜੀ ਕਬੱਡੀ ਆ। ਮੈਨੂੰ ਲੱਗਦਾ 500 ਦੇ ਨਾਂ ਨੂੰ ਤੇ ਬਿੱਲੀ ਘੜੀਸੇ ਕਾਂ ਨੂੰ ਦੇਖੋ ਗਰਾਊਂਡ ਦੇ ਵਿੱਚ ਕੀ ਬਣ ਗਿਆ ਪੂਰੀ ਬੱਲੇ 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 ਉਹ ਸਵਾਦ ਕਬੱਡੀ ਦਾ 500 ਗਿਆ 500 ਬਈ ਵਾਹ 500 ਰੁਪਈਆ ਰੂਪੇ ਨੂੰ ਦਿੱਤਾ ਜਾਵੇਗਾ। ਹੁਣ ਕਾਲਾ ਬਾਈ ਵੀ ਪੂਰਾ ਖੁਸ਼ ਹੈ ਨਵੀਂ ਕਾਲੇ ਬਾਈ ਆਪਾਂ ਸਵਾਦ ਪੂਰਾ ਲੈ ਰਿਹਾ। ਆਹ ਕਹਿੰਦੇ ਨਜ਼ਾਰਾ ਜਿਹੜਾ ਵੱਖਰਾ ਹੈ 500 ਰੁਪਈਆ ਮੁੰਡੇ ਦੇ ਲਈ ਹੈ ਨਹੀਂ ਰਿਸ ਹੈ। ਕਈ ਵਾਰੀ ਕਹਿ ਦੇਣਗੇ ਜਾਫੀ ਨੂੰ ਦੇਣਾ ਮੈਂ ਰੇਡਰ ਨੂੰ ਨਹੀਂ ਦੇਣਾ। ਉੱਧਰ ਦੇਖੋ ਕਾਲੇ ਬਾਈ ਨੇ ਆ ਫੜਿਆ ਕਿਉਂਕਿ ਰੂਲ ਹੈ ਨਿਯਮ ਹੈ ਕਬੱਡੀ ਦੇ ਵੀ ਤਿੰਨਾਂ ਕਬੱਡੀਆਂ ਦੇ ਪੈਸੇ ਲੱਗਦੇ ਹੁੰਦੇ ਆ। ਪਰ ਇੱਧਰ ਕਹਿੰਦੇ ਰਿਸ਼ਪਾਲ ਨੌਜਵਾਨ ਇੱਕ ਵਧੀਆ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ। ਉੱਧਰ 1200 ਨੂੰ ਕਹਿੰਦੇ ਬਾਬਾ ਕਾਲਾ ਮਹਿਰ ਜੀ ਉਹਨਾਂ ਦੇ ਦਰਬਾਰ ਤੇ ਵੀ ਰੌਣਕਾਂ ਲੱਗਣਗੀਆਂ ਸਥਾਨਾਂ ਤੇ ਰੌਣਕਾਂ ਲੱਗਣਗੀਆਂ। ਆਪ ਸਭ ਨੂੰ ਵੱਡੇ ਸੱਦੇ ਆ 1200 ਦੇ ਲਈ। 21 ਜੁਲਾਈ ਨੂੰ ਵੀ ਰੌਣਕਾਂ ਚੋਲਾ ਸਾਹਿਬ ਦੇ ਵਿੱਚ ਹੈ ਭਾਈ ਸ਼ਾਹੂ ਸ਼ਾਹ ਜੀ ਉਹਨਾਂ ਦੀ ਧਰਤੀ। ਪਰ ਆਹ ਦੇਖੋ ਸਾਹਮਣੇ ਨੌਜਵਾਨ ਕਹਿੰਦੇ ਸੁੱਖਾ ਕਬੱਡੀ ਪਾ ਰਿਹਾ। ਸੁੱਖਾ ਰਾਜਾਂ ਵਾਲੇ ਪਿੰਡ ਦਾ ਹੈ ਤੇ ਪੋਲੇ ਪੋਲੇ ਕਦਮ ਟੇਕੇ ਆ ਵਿਰੋਧੀਆਂ ਦੇ ਪਿੰਡ ਦੇ ਵਿੱਚ। ਚੌਂ ਜਾਫੀਆਂ ਦੇ ਵਿੱਚੋਂ ਕਿਸ ਗੱਭਰੂ ਨੇ ਬੱਲੇ ਬੱਲੇ ਕਰਵਾਉਣੀ ਹੈ। ਪਰ ਉੱਧਰ ਦੇਖੋ ਸਾਹਮਣੇ ਕਿਹਦੇ ਨਾਲ ਮੁਕਾਬਲਾ ਹੁੰਦਾ ਹੈ ਤੇ ਪੁਆਇੰਟ ਕਿਹੜਾ ਗੱਭਰੂ ਆਪਣੀ ਟੀਮ ਦੇ ਲਈ ਜੋੜਦਾ ਹੈ। ਲਓ ਸਾਹਮਣੇ ਕਹਿੰਦੇ ਦੋ ਮੁੰਡੇ ਨੇ ਟਰਾਈ ਕੀਤੀ ਹੈ ਤੇ ਸੁੱਖਾ ਰਾਜਾਂ ਵਾਲੇ ਪਿੰਡ ਦਾ ਇੱਕ ਵਧੀਆ ਪੁਆਇੰਟ ਦਾ ਵਾਧਾ ਕਰਦਾ ਨੌਜਵਾਨ ਆਪਣੀ ਟੀਮ ਦੇ ਲਈ। ਆਹ ਦੇਖੋ ਵੀ ਗੱਭਰੂ ਨੇ ਸਿੱਖੀ ਸਾਂਭੀ ਤੇ ਕਿੰਨਾ ਸੋਹਣਾ ਲੱਗਦਾ ਹੈ। ਲੈ ਵੀ ਕਾਲੇ ਬਾਈ ਦੇਖ ਮੁੰਡੇ ਦਾ ਸਰੀਰ ਬੜਾ ਸੁੰਦਰ ਹੈ। ਸਿਰ ਦੇ ਉੱਪਰ ਜੂੜਾ ਦੇ ਜੂੜੇ ਦੇ ਉੱਪਰ ਬੰਨਿਆ ਰੁਮਾਲ ਕਿੰਨਾ ਸੋਹਣਾ ਲੱਗਦਾ ਹੈ। ਨਿੱਕੇ ਜਿਹੇ ਬੱਚੇ ਨੂੰ ਪੁੱਛ ਲਓ ਵੀ ਮੈਸ ਪੂਜਾ ਦਾ ਜਨਮ ਕਦੋਂ ਹੋਇਆ ਸੀ ਉਹ ਝੱਟ ਦੱਸ ਦੂ ਵੀ ਰਾਜਪੁਰੇ ਹੋਇਆ ਸੀ। ਤੇ ਜੇ ਪੁੱਛੀਏ ਮਾਈ ਭਾਗੋ ਦਾ ਜਨਮ ਕਿੱਥੇ ਹੋਇਆ ਤੇ ਉਹ ਕਹਿੰਦੇ ਬਹੁਤਿਆਂ ਨੂੰ ਨਹੀਂ ਪਤਾ। ਪਰ ਆਹ ਦੇਖੋ ਸਾਹਮਣੇ ਮੁੰਡੇ ਦੀ ਪਾਈ ਹੋਈ ਕਬੱਡੀ ਇਸ ਵੇਲੇ ਖੇਡਦੇ ਮੈਦਾਨ ਦੇ ਵਿੱਚ। ਲਓ ਪੂਰੀ ਬੱਲੇ ਬੱਲੇ ਖੇਡਦੇ ਮੈਦਾਨ ਦੇ ਵਿੱਚ। ਇਹ ਆ ਕਹਿੰਦੇ ਜੋਬਣ ਇੱਕ ਵਧੀਆ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ। ਜੋਬਣ ਚੋਲਾ ਸਾਹਿਬ ਦੀ ਧਰਤੀ ਦਾ ਬੜੇ ਸੁੰਦਰ ਜਿਹੇ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਲਓ ਸ਼ੇਰੀ ਹਵੇਲੀਆਂ ਵਾਲ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਸ਼ੇਰੀ ਹਵੇਲੀਆਂ ਦੀ ਧਰਤੀ ਦਾ ਅਗਲੀ ਕਬੱਡੀ ਪਾਉਂਦਾ ਹੋਇਆ ਨਾਈਵੜ ਖੇਡ ਗਰਾਊਂਡ ਦੇ ਵਿੱਚ। ਉੱਧਰ ਪਾਜੂ ਦੁਨੀਆ ਕਹਿੰਦੀ ਕੋਈ ਚੰਗਾ ਪ੍ਰਦਰਸ਼ਨੀ ਜੱਟਾ ਕੁਝ ਕਰਕੇ ਦਿਖਾ ਲੋਕਾਂ ਨੂੰ। ਉੱਧਰ ਦੇਖੋ ਸਾਹਮਣੇ ਕਹਿੰਦੇ ਦੁੱਲੇ ਨੇ ਟਰਾਈ ਕੀਤੀ ਤੇ ਕਹਿੰਦੇ ਪੁਆਇੰਟ ਇਸ ਵੇਲੇ ਨੌਜਵਾਨ ਸ਼ੇਰੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ। ਕੱਲ੍ਹ ਮੈਚਾਂ ਦੇ ਵਿੱਚ ਕਹਿੰਦੇ ਪਹਿਲੇ ਮੈਚ ਦੇ ਵਿੱਚ ਤੋਤਾ ਸਿੰਘ ਵਾਲੀ ਦੀ ਟੀਮ ਮੈਚ ਲੂਜ਼ ਕਰ ਗਈ ਸੀ ਚੋਲਾ ਸਾਹਿਬ ਤੋਂ। ਅੱਜ ਡੀਪੀ ਸਾਹਿਬ ਨੇ ਥੋੜ੍ਹੀ ਜਿਹੀ ਕਹਿੰਦੇ ਟੈਨਸ਼ਨ ਲਈ ਤੇ ਪਰਮਾਤਮਾ ਦੀ ਮਿਹਰ ਹੋਈ ਹੈ ਤੇ ਕਹਿੰਦੇ ਜੇ ਚੋਲਾ ਸਾਹਿਬ ਦੀ ਟੀਮ ਨੂੰ ਪੂਰੀ ਟੱਕਰ ਦਿੱਤੀ ਜਾ ਰਹੀ ਹੈ। ਸੱਬਾ ਭਲਵਾਨ ਜੀ ਮੈਚ ਬਰਾਬਰੀ ਤੁਰਿਆ ਆਉਂਦਾ ਹੈ ਤੇ ਗੱਲ ਕਹਿੰਦੀ ਪੂਰੇ ਸਿਰੇ ਦੀ ਹੈ ਕਿਉਂਕਿ ਪੂਰੀ ਕਾਂਟੇਦਾਰ ਟੱਕਰ ਤੇ ਕਾਂਟੇਦਾਰੀ ਮੁਕਾਬਲਾ ਹੈ। ਪਰ ਆਹ ਕਹਿੰਦੇ ਨੌਜਵਾਨ ਨਰਵੈਲ ਸਿੰਘ ਟਰਾਈ ਕਰਦਾ ਹੈ
ਨਰਵੈਲ ਸਿੰਘ ਨੇ ਟਰਾਈ ਕੀਤੀ ਹੈ ਤੇ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਚੱਲ ਵੀ ਗਬਰੂਆ ਪਾ ਵੀ ਕਬੱਡੀ ਲਓ ਤਾਬਾ ਸੁਰ ਸਿੰਘ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਆਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਭਗਤ ਸਿੰਘ ਨਾਲ ਚੜ੍ਹਦਾ ਫਲਸੀ ਨਾਲ ਦੁਨੀਆ ਚੇਤੇ ਕਰਦੀ ਰਾਣੀ ਝਾਂਸੀ ਕੌਣ ਕਹਿੰਦਾ ਜੇ ਵਿੱਚ ਮੈਦਾਨਾਂ ਲੜਦੀ ਕੱਚੇ ਘੜੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਝਨਾ ਨਾ ਤਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਗਾਉਣਾ ਨਹੀਂ ਸੀ ਜੇ ਕਲਮ ਤਾਕਤ ਨਾ ਫੜਦੀ ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਘਰ ਦੀ ਤੇ ਜੇ ਛਾਤੀ ਵਿੱਚ ਬਲ ਨਾ ਹੋਵੇ ਦੁਨੀਆ ਕਦੇ ਨਾ ਚੇਤੇ ਕਰਦੀ ਜੇ ਛਾਤੀ ਵਿੱਚ ਬਲ ਨਾ ਹੋਵੇ ਦੁਨੀਆ ਕਦੇ ਨਾ ਚੇਤੇ ਕਰਦੀ ਉਹਨਾਂ ਦੇ ਸੁਰਨਾਵੇ ਪੁੱਛੇ ਜਾਂਦੇ ਉਹਨਾਂ ਦੇ ਪਤੇ ਟਿਕਾਣੇ ਪੁੱਛੇ ਜਾਂਦੇ ਹੈ ਜਿਵੇਂ ਹੈਪੂ ਵਰਗੇ ਸਾਡੇ ਵੀਰ ਇਹ ਦੁਨੀਆ ਦੇ ਵਿੱਚ ਨਹੀਂ ਰਹੇ ਯਾਦਾਂ ਜਿਹੜੀਆਂ ਹਮੇਸ਼ਾ ਉਹ ਅੰਗ ਸੰਗ ਰਹਿਣਗੀਆਂ ਯਾਦਾਂ ਹਮੇਸ਼ਾ ਅੰਗ ਸੰਗ ਰਹਿਣਗੀਆਂ ਪਰ ਆਹ ਦੇਖੋ ਰੇਸ਼ਮ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੋਲੇ ਪੋਲੇ ਕਦਮ ਹੈ ਲਓ ਕਦੇ ਸੱਜਾ ਪੱਬ ਅੱਗੇ ਕਿਤੇ ਖੱਬਾ ਪੈਰ ਅੱਗੇ ਪਰ ਇੱਧਰ ਕਹਿੰਦੇ ਟਰਾਈ ਕੀਤੀ ਆ ਬਿੱਲੇ ਨੇ ਤੇ ਕਹਿੰਦੇ ਰੇਸ਼ਮ ਨੇ ਪੁਆਇੰਟ ਜੋੜ ਦਿੱਤਾ ਆਪਣੀ ਟੀਮ ਦੇ ਲਈ ਰੇਸ਼ਮ ਚੰਬੇ ਵਾਲਾ ਇੱਕ ਵਧੀਆ ਪੁਆਇੰਟ ਦਾ ਵਾਧਾ ਕਰਦਾ ਅਗਲੀ ਕਬੱਡੀ ਦੇਖੋ ਵੀ ਕਿਸ ਗੱਭਰੂ ਦੇ ਹਿੱਸੇ ਆਉਂਦੀ ਹੈ ਚੱਲ ਵੀ ਰੁਪਿਆ ਪਾ ਵੀ ਕਬੱਡੀ ਆਹ ਮੁੰਡਾ ਜਿਹਨੇ 3 ਲੱਖ ਦੀ ਕਬੱਡੀ ਪਾਈ ਸੀ ਨਡਾਲੇ ਦੇ ਕੱਪ ਤੇ ਇਹ ਆ ਰੂਪਾ ਬੈਰੋਗੇ ਪਿੰਡ ਵਾਲਾ ਹੈ 3 ਲੱਖ ਰੁਪਇਆ ਲੱਗਾ ਸੀਗਾ ਤੇ ਅੱਜ ਵੀ ਕਹਿੰਦੇ 500 ਰੁਪਇਆ ਲੱਗਿਆ ਇਸ ਨੌਜਵਾਨ ਦੀ ਰੇਡ ਤੇ ਉਹ ਕਹਿੰਦੇ ਨੇ ਹਾਸਲ ਕਰ ਲਿਆ ਹੈ ਇਹ ਆ ਰੂਪਾ ਬੈਰੋਗੇ ਪਿੰਡ ਵਾਲਾ ਇੱਕ ਬਹੁਤ ਸੋਹਣਾ ਪੁਆਇੰਟ ਜੋੜਦਾ ਹੋਇਆ ਰਿਸ਼ਪਾਲ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਧਰ ਦੇਖੋ ਰਿਸ਼ਪਾਲ ਦੀ ਪਾਈ ਹੋਈ ਕਬੱਡੀ ਮੇਰੇ ਮਿੱਤਰੋ ਉੱਧਰ ਦੇਖੋ ਝੁੱਕੇ ਧਰਤੀ ਨਾਲ ਲੱਗਾ ਲਓ ਕਹਿੰਦੇ ਗਗੜੇ ਨੇ ਝਾਕਾ ਦਿੱਤਾ ਤੇ ਨੀਲੇ ਤੋਂ ਗੱਲ ਨਹੀਂ ਬਣੀ ਲਓ ਨੀਲੇ ਨੇ ਟਰਾਈ ਕੀਤੀ ਹੈ ਤੇ ਰਿਸ਼ਪਾਲ ਕਹਿੰਦੇ ਇਸ ਵੇਲੇ ਬੜਾ ਵਧੀਆ ਪੁਆਇੰਟ ਜੋੜਦਾ ਹੋਇਆ ਅੱਜ ਦੋਨਾਂ ਟੀਮਾਂ ਦੇ ਵਿੱਚ ਕਹਿੰਦੇ ਟੌਪ ਦੀ ਹੈ ਦੋਨਾਂ ਟੀਮਾਂ ਦੇ ਵਿੱਚ ਟੌਪ ਦੇ ਖਿਡਾਰੀ ਪੁੱਜੇ ਹੈ ਚੱਲ ਵੀ ਤਾਬਿਆ ਸਾਹਿਬ ਜ਼ਿੰਮੇਵਾਰੀ ਕਿ ਮਸਲਾ ਹਿੰਡ ਦਾ ਬਣ ਗਿਆ ਕੌਡੀਆਂ 2-2 ਪਾਵੇ ਹੋਏ ਅੱਜ ਮਸਲਾ ਹਿੰਡ ਦਾ ਬਣ ਗਿਆ ਕੌਡੀਆਂ 2-2 ਪਾਵੇ ਹੋਏ ਇਹ ਆ ਕਹਿੰਦੇ ਤਾਬਾ ਸੁਰ ਸਿੰਘ ਵਾਲਾ ਨੌਜਵਾਨ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਆਇਆ ਗੱਭਰੂ ਖੇਡ ਮੈਦਾਨ ਦੇ ਵਿੱਚ ਲਓ ਦੇਖਾਂਗੇ ਵੀ ਤਾਬਾ ਇਸ ਵੇਲੇ ਫਿਰ ਕਬੱਡੀ ਪਾ ਰਿਹਾ ਆਓ ਕੀਤੀ ਟਰਾਈ ਕਹਿੰਦੇ ਬਾਜੂ ਭਲਵਾਨ ਮੇਰੇ ਮਿੱਤਰੋ ਮੈਨੂੰ ਲੱਗਦਾ ਵੀ ਸਵਾਦ ਵੱਖਰਾ ਸਵਾਦ ਵੱਖਰਾ ਸਵਾਦ ਵੱਖਰਾ ਤਾਬਾ ਭੱਜ ਆਉਂਦਾ ਉਹ ਤਾਬੇ ਦੀ ਖੇਡ ਨੂੰ ਕੌਣ ਕੌਣ ਪਿਆਰ ਕਰਦਾ ਤਾੜੀ ਮਾਰ ਕੇ ਦੱਸੋ ਇੱਕ ਵਾਰੀ ਮੇਰੇ ਵੀਰ ਲਓ ਵੀ ਤਾਬਿਆਂ ਲੋਕੀ ਪਿਆਰ ਕਰਦੇ ਆ ਤੇ ਲੋਕਾਂ ਦਾ ਵੱਡਾ ਧੰਨਵਾਦ ਹੈ ਦਰਸ਼ਕਾਂ ਨੂੰ ਬੇਨਤੀ ਹੈ ਵੀ ਮੈਚ ਸੋਹਣਾ ਹੋ ਗਿਆ ਹੈ ਜਾਂਦੇ ਜਾਂਦੇ ਇੱਕ ਵਾਰੀ ਆਪੋ ਆਪਣੇ ਲਈ ਤਾੜੀ ਮਾਰ ਲਓ ਮੇਰੇ ਵੀਰ ਸਾਡੇ 27 ਪੁਆਇੰਟ ਆ ਚੋਲਾ ਸਾਹਿਬ ਤੇ 33 ਪੁਆਇੰਟ ਆ ਤੋਤਾ ਹੈਲੋ ਸਾਡੇ 27 ਚੋਲਾ ਸਾਹਿਬ ਤੇ 33 ਪੁਆਇੰਟ ਹੈ ਜਿਹੜੇ ਤੋਤਾ ਸਿੰਘ ਵਾਲੇ ਦੇ ਤੋਤਾ ਸਿੰਘ ਵਾਲੀ ਟੀਮ ਜੇਤੂ ਰਹੀ ਹੈ ਬਹੁਤ ਵੱਡੀ ਮੁਬਾਰਕਬਾਦ ਹੈ ਹੈਲੋ ਪਰਮਾਤਮਾ ਲੰਮੀ ਉਮਰ ਦੇਵੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ 27 ਜੁਲਾਈ ਨੂੰ ਰੌਣਕਾਂ ਜਿਹੜੀ ਹੈ ਬਾਬਾ ਕਾਲਾ ਮਹਿਰ ਜੀ ਦੇ ਸਥਾਨਾਂ ਤੇ ਲੱਗਣਗੀਆਂ ਤੇ ਨਾਲ ਹੀ 21 ਜੁਲਾਈ ਨੂੰ ਵੀ ਰੌਣਕਾਂ ਆਪ ਸਭ ਨੂੰ ਵੱਡੇ ਸੱਦੇ ਹੈ ਸਾਰੀ ਸੰਗਤ ਦਾ ਧੰਨਵਾਦ ਪਰਮਾਤਮਾ ਲੰਮੀ ਉਮਰ ਦੇਵੇ ਔਰ ਇਹਦੇ ਨਾਲ ਹੀ ਕਿਸੇ ਦੀ ਸ਼ਾਨ ਦੇ ਖਿਲਾਫ਼ ਕੋਈ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਹੋਇਆ ਛੋਟਾ ਵੀਰ ਛੋਟਾ ਬੱਚਾ ਸਮਝ ਕੇ ਮੁਆਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ